ਆ ਜਾਓ ਜਵਾਕੋ ਘੱਤੇ ਘਰ ਦੀ ਸੈਂਟਾ ਸੈਂਟਾ ਤੁਹਾਨੂੰ ਸੈਂਟਾ ਨਾਲ ਜੱਫੀ ਪਵਾਵਾਂ। ਚਲੋ ਥੱਲੇ ਸੈਂਟਾ ਬੈਠਾ ਜਾਓ। ਕਿਹੜੇ ਵੇਲੇ ਹੋ ਗਏ ਨੀ ਘਰੋਂ ਗਿਆ ਨੂੰ ਦੱਸ ਕੇ ਵੀ ਨਹੀਂ ਗਏ ਹੈਗੇ ਹੈ ਵੀ ਦੱਸ ਤਾਂ ਜਾਵੋ ਅਸੀਂ ਖਰਾ ਨਹੀਂ ਸਮਝਾ ਦੱਸ ਮੈਂ ਇਕੱਲੀ ਘਰੇ ਬੈਠੀ ਝਾਕਦੀ ਹਾਂ। ਉਹ ਬੀਬੀ ਜਵਾਕ ਲੱਗ ਗਈ ਰੌਲਾ ਪਾਉਣ ਕਹਿੰਦੇ ਸੈਂਟਾ ਨਾਲ ਫੋਟੋ ਕਰਾ ਕੇ ਲਿਆਉਣੀਆਂ ਦੇਖ ਲਾ ਫੋਟੋ ਜਵਾਕਾਂ ਦੀ ਕਿਹੜੀ ਸੈਂਟਾ ਨਾਲ ਫੋਟੋ ਕਰਾਈ ਤੇ ਸੈਂਟਾ ਨੂੰ ਸੰਤ ਆ ਗਏ ਕਿਹੜੇ ਕਰੇ ਆਸੀ ਵਾਲੇ ਹਾਨੀ ਰਾਈਫਲ ਵਾਲੇ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕੋਈ ਚੱਜ ਦੇ ਵਾਲੇ ਆਸੀ ਵਾਲੇ ਜਵਾਕਾਂ ਨੂੰ ਬੀਬੀ ਸੈਂਟਾ ਸੰਤ ਨੀ। ਚੱਲ ਮੈਂ ਤੈਨੂੰ ਪਾਣੀ ਲਿਆ ਕੇ ਦਿੰਦਾ। ਕੀ ਹੋ ਗਿਆ ਬੀਬੀ? ਕੀ ਸੰਤਾਂ ਨਾਲ ਫੋਟੋ ਲਿਖਾ ਲਈ ਕਿਹਾ ਜੇ ਸੰਤ ਨੇ ਕੋਈ ਚੱਜ ਦੇ ਸੰਤ ਹੋਣ ਉਹਨਾਂ ਤਾਂ ਫੋਟੋ ਵੀ ਲਿਖਾ ਲਈ। ਰੈਪਰ ਦੇ ਤਾਂ ਵਧੀਆ ਹੁੰਦੇ ਸੀ ਸੰਤ, ਉਹ ਤਾਂ ਚੰਗੇ। ਹੁਣ ਖਾਲੀ ਕਿਹਾ ਜੇ ਜਵਾਕਾਂ ਦੀਆਂ ਨਾਲ ਫੋਟੋ ਮਾਰ। ਹਾਂ ਬੀਬੀ, ਉਹ ਨਾ ਉਰੇ ਵੀ ਸੰਤ ਹੁੰਦੇ ਨੇ ਤੇ ਸਾਨੂੰ ਫੋਟੋ ਕਰਾਉਣੀ ਪੈਂਦੀ ਹੈ ਬੀਬੀ। ਸਾਰੇ ਮੰਨਦੇ ਨੇ ਕਹਿੰਦੇ ਸੰਤ ਕਿੱਥੇ ਹੈਗੇ ਨੇ ਹੁਣ, ਹੁਣ ਤਾਂ ਨਹੀਂ ਜਵਾਨਾ ਹੋ ਜੇ ਸੰਤਾਂ ਦਾ। ਬੀਬੀ 25 ਤਰੀਕ ਨੂੰ ਸੰਤ ਉਹ ਆਉਂਦੇ ਨੇ ਇੱਥੇ। ਹਾਂ ਬੱਚਿਆਂ ਨੂੰ ਉੱਥੇ ਚੀਜ਼ਾਂ ਲੈ ਕੇ ਜਾਂਦੇ ਨੇ। ਐਡੀ ਦੂਰ ਆ ਲਾਹੌਰ ਕੀ ਜਵਾਕਾਂ ਨਾਲ ਖੇਡਣ। ਚਲੋ ਜੀ, ਜਿੱਤ ਨੀ ਤੁਹਾਨੂੰ ਕੋਈ ਜਿੱਤ ਨੀ ਸਕਦਾ ਬਜ਼ੁਰਗੋ, ਤੁਹਾਨੂੰ ਨੀ ਕੋਈ ਜਿੱਤ ਸਕਦਾ। ਮੈਂ ਕਰਦੀ ਤਾਂ ਹਾਂ, ਤੁਸੀਂ ਜਾਓ ਗੱਲ। ਚਲੋ ਓਕੇ, ਚਲੋ ਰੋਟੀ ਬਣਾ ਲਓ। ਨਹੀਂ ਨਹੀਂ ਬੀਬੀ, ਆਪਾਂ ਨੂੰ ਇੱਥੇ ਆ ਜਾਣਾ।